ਜੰਡਿਆਲਾ ਗੁਰੂ ਦੇ HP ਗਨ ਹਾਊਸ ਤੋਂ ਚੋਰਾਂ ਵੱਲੋਂ ਸੰਨ ਲਗਾ ਕੇ ਭਾਰੀ ਮਾਤਰਾ ਦੇ ਵਿੱਚ ਰਿਵਾਲਵਰ, ਪਿਸਤੌਲ ਅਤੇ ਗੋਲੀ ਸਿੱਕਾ ਚੋਰੀ ਕਰ ਲਿਆ ਗਿਆ ਸੀ। ਅੱਜ IG ਬਾਰਡਰ ਰੇਂਜ SP ਪਰਮਾਰ ਨੇ ਜੰਡਿਆਲਾ ਗੁਰੂ ਦੇ DSP ਦਫ਼ਤਰ ਦੇ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ SSP ਤਰਨ ਤਾਰਨ ਕੁਲਦੀਪ ਸਿੰਘ ਚਾਹਲ, SSP ਅੰਮ੍ਰਿਤਸਰ ਦਿਹਾਤੀ, CIA ਦੇ AIG ਕੇਤਨ ਦੀ ਅਗਵਾਈ ਹੇਠ ਮੁਜਰਮਾਂ ਦੇ ਖਿਲਾਫ ਆਪਰੇਸ਼ਨ ਕਰਦਿਆਂ HB ਗਨ ਹਾਊਸ ਦੇ ਵਿੱਚੋਂ ਚੋਰੀ ਕੀਤੇ ਗਏ ਸਾਰੇ ਹਥਿਆਰ ਅਤੇ ਗੋਲੀ ਸਿੱਕਾ ਇੱਕ ਦੋਸ਼ੀ ਸਮੇਤ ਕਾਬੂ ਕਰ ਲਏ ਗਏ ਨੇ। IG ਪਰਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਦੀ ਪਛਾਣ ਬਿਕਰਮਜੀਤ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ ਅਤੇ ਇਹ ITI ਦਾ ਵਿਦਿਆਰਥੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ 3 ਹੋਰ ਦੋਸ਼ੀ ਵੀ ਬਹੁਤ ਜਲਦੀ ਕਾਬੂ ਕਰ ਲਏ ਜਾਣਗੇ। ਇੱਕ ਸਵਾਲ ਦੇ ਜਵਾਬ ਦੇ ਵਿੱਚ IG ਪਰਮਾਰ ਨੇ ਦੱਸਿਆ ਕਿ ਜਲਦਬਾਜ਼ੀ ਦੇ ਵਿੱਚ ਪਹਿਲਾਂ ਚੋਰੀ ਹੋਏ ਹਥਿਆਰਾਂ ਦੀ ਗਿਣਤੀ ਗਲਤ ਦੱਸੀ ਗਈ ਸੀ, ਪਰ ਜਦੋਂ ਚੰਗੀ ਤਰ੍ਹਾਂ ਪੜਤਾਲ ਕੀਤੀ ਗਈ ਤਾਂ ਚੋਰੀ ਕੀਤੇ ਹਥਿਆਰਾਂ ਦੀ ਗਿਣਤੀ 44 ਨਿਕਲੀ ਹੈ, ਜੋ ਸਾਰੇ ਬਰਾਮਦ ਕਰ ਲਏ ਗਏ ਨੇ। ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਦਾ ਪਹਿਲਾਂ ਕੋਈ ਪੁਲਿਸ ਰਿਕਾਰਡ ਨਹੀਂ, ਇਸ ਦੇ ਬਾਵਜੂਦ ਮੁਜਰਮਾਂ ਨੂੰ ਇੰਨੀ ਛੇਤੀ ਕਾਬੂ ਕਰ ਲੈਣਾ ਪੁਲਿਸ ਦੀ ਵੱਡੀ ਪ੍ਰਾਪਤੀ ਹੈ। IG ਨੇ ਦੱਸਿਆ ਕਿ ਇਸ ਆਪਰੇਸ਼ਨ ਦੇ ਵਿੱਚ SPD ਹਰਪਾਲ ਸਿੰਘ, DSP ਜੰਡਿਆਲਾ ਗੁਰੂ ਗੁਰਬਿੰਦਰ ਸਿੰਘ, SHO ਅਮੋਲਕ ਸਿੰਘ ਅਤੇ ਜੰਡਿਆਲਾ ਗੁਰੂ ਦੇ ਸਮੂਹ ਪੁਲਿਸ ਅਧਿਕਾਰੀ ਸ਼ਾਮਲ ਸਨ। ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਗਤ ਸੇਵਕ WebTV ਲਈ ਜੰਡਿਆਲਾ ਗੁਰੂ ਤੋਂ ਕਮਲਜੀਤ ਸਿੰਘ ਦੀ ਰਿਪੋਰਟ। ਤਰਨਤਾਰਨ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ, SSP ਸਾਹਿਬ ਤਰਨਤਾਰਨ ਵਾਲੇ ਵੀ ਬੈਠੇ ਨੇ, ਅੰਮ੍ਰਿਤਸਰ ਰੂਰਲ ਵਾਲੇ ਬੈਠੇ ਨੇ ਅਤੇ ਸਾਡੇ CI ਦੇ AIG ਸਾਹਿਬ ਮਿਸਟਰ ਕੇਤਨ ਵੀ ਬੈਠੇ ਨੇ। ਜੁਆਇੰਟ ਟੀਮ ਨੇ ਵੀ ਵਰਕਡ ਔਨ ਦਿਸ ਐਂਡ ਕੁਛ ਲੀਡ ਸਾਡੇ ਕੋਲ ਆਈਆਂ ਸੀਗੀਆਂ, ਉਹਨਾਂ 'ਤੇ ਕੰਸਿਸਟੈਂਟਲੀ ਕੰਮ ਕਰਦਿਆਂ ਇੱਕ ਅਸੀਂ ਜਿਹੜਾ ਕ੍ਰਿਮੀਨਲ ਹੈ ਇਹਨੂੰ ਫੜਿਆ ਹੈਗਾ, ਵਿਕਰਮਜੀਤ ਸਿੰਘ ਇਜ਼ ਏ ਸਟੂਡੈਂਟ ਆਫ ITI, ਬਿਲੋਂਗਸ ਟੂ ਸਿਟੀ ਤਰਨਤਾਰਨ ਅਤੇ ਇਹਦੇ ਨਾਲ 3 ਹੋਰ ਸਾਥੀ ਨੇ, ਦੇ ਸਟਿਲ ਐਟ ਲਾਰਜ, ਉਹਨਾਂ ਦੇ ਹਾਲੇ ਨਾਂ ਡਿਸਕਲੋਜ਼ ਨਹੀਂ ਕਰ ਰਿਹਾ, ਥੋੜ੍ਹੀ ਦੇਰ 'ਚ ਉਹਨੂੰ ਫੜ ਲੈ ਜਾਣਗੇ। ਇਹਨਾਂ ਤੋਂ ਇਹ ਜਿਹੜੇ ਵੈਪਨ 44 ਵੈਪਨ ਜਿਹੜੇ ਛੋਟੇ ਆ ਉਹ ਰਿਕਵਰ ਹੋ ਗਏ ਨੇ ਅਤੇ ਪੂਰੇ ਦੇ ਪੂਰੇ ਵੈਪਨ ਰਿਕਵਰ ਹੋ ਗਏ ਨੇ। ਦਰ ਇਜ਼ ਸਮ ਅਨੋਮਲੀ ਇਨ ਦਾ ਰਜਿਸਟਰ ਐਂਡ ਆਲ ਦੈਟ, ਜਿਹੜੇ ਪਹਿਲਾਂ ਸਟਾਰਟ ਗਿਆ ਸੀ ਉਹ ਸਟਾਰਟ ਨਹੀਂ ਸੀਗੇ ਕਿਉਂਕਿ ਉਹ ਰਿਕਾਰਡ ਪੂਰੀ ਤਰ੍ਹਾਂ ਪ੍ਰੋਪਰਲੀ ਮੇਨਟੇਨ ਨਹੀਂ ਹੈਗਾ, ਔਰ ਜਿੰਨੇ ਵੀ ਇਹ ਰਿਕਾਰਡ ਸਾਰੇ ਵੈਪਨ ਹੈਗੇ ਅਸੀਂ ਸਾਰੇ ਰਿਕਵਰ ਕਰਨੇ ਹੈਗੇ ਆ। ਡਿਫਰੈਂਟ ਟੀਮਸ ਲੈਡ ਬਾਈ ਦੀਸ 3 ਆਫਿਸਰ, SSP ਤਰਨਤਾਰਨ, SSP ਅੰਮ੍ਰਿਤਸਰ ਰੂਰਲ ਐਂਡ AIG ਕਾਉਂਟਰ ਇੰਟੈਲੀਜੈਂਸ, ਦੇ ਵਰਕ ਟੁਗੈਦਰ ਅਤੇ ਆਹ ਰਿਜ਼ਲਟ ਹੁਣ ਤੁਹਾਡੇ ਸਾਹਮਣੇ ਆ ਕਿ ਇਹਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਥਰੈਟ ਨੂੰ। ਇਹ ਅਗਰ ਵੈਪਨ ਕਿਸੇ ਗੈਂਗਸਟਰ ਜਾਂ ਕਿਸੇ ਹੋਰ ਇੰਟਰਨੈਸ਼ਨਲ ਆਦਮੀ ਦੇ ਹੱਥ ਚਲੇ ਜਾਂਦੇ ਤਾਂ ਸਬਸੀਕੁਐਂਟ ਜਿਹੜੇ ਆ ਉਹ ਡੈਮੇਜ ਬਹੁਤ ਜ਼ਿਆਦਾ ਹੋ ਸਕਦਾ ਸੀਗਾ, ਸੋ ਵੀ ਵੈਰੀ ਐਪਰੀਹੈਂਸਿਵ ਟੂ ਵੀ ਅਰੈਸਟ ਐਂਡ ਅਰਲੀਸਟ ਪੋਸੀਬਲ। ਇਹਨਾਂ ਦਾ ਕੋਈ ਕ੍ਰਿਮੀਨਲ ਜਿਹੜੀ ਪੁਰਾਣੀ ਬੈਕਗਰਾਊਂਡ ਕੋਈ ਜ਼ਿਆਦਾ ਨਹੀਂ ਹੈ, ਇਹ ਆਪਣੇ ਕੰਮ ਕੁੰਮ ਕਰਦੇ ਨੇ, 2 ਬੰਦੇ ਹੋਰ ਨੇ ਉਹ ਵੀ ਮਕੈਨਿਕਸ ਹੈਗੇ ਨੇ, ਇਹ ਹੁਣ ITI ਦੇ ਵਿੱਚ ਹੈਗਾ ਅਤੇ ਇਹਨਾਂ ਨੇ ਇੱਕ ਪਲਾਨ ਪਲੂਨ ਬਣਾਈ, ਇਹਨਾਂ ਦੇ ਦਿਮਾਗ 'ਚ ਆ ਕਿ ਈਜ਼ੀ ਟਾਰਗੇਟ ਆਏ, ਇਹਨੂੰ ਯੂਟੀਲਾਈਜ਼ ਕਰੀਏ ਇਸ ਓਪਰਚੁਨਿਟੀ। ਸੋ ਦਿਸ ਮੋਡਿਊਲ ਹੈਜ਼ ਬਿਨ ਨਿਊਟਰਲਾਈਜ਼, 4 ਬੰਦਿਆਂ ਦੀ ਜਿਹੜੀ ਕੋਂਸਪੀਰੇਸੀ ਸੀਗੀ ਵੈਪਨ ਸਾਰੇ ਰਿਕਵਰ ਹੋ ਗਏ ਆ, 1 ਬੰਦਾ ਫੜ ਲਿਆ, 3 ਬੰਦੇ ਹੋਰ ਨੋਮੀਨੇਟ ਹੋ ਗਏ ਆ ਅਤੇ ਮੈਂ ਇਹਨਾਂ ਸਾਰੀ ਟੀਮ ਜਿਨ੍ਹਾਂ ਨੇ ਹੂ ਲੈਡ ਫਰੋਮ ਦਾ ਫਰੰਟ ਦੀ SSP ਤਰਨਤਾਰਨ, SSP ਅੰਮ੍ਰਿਤਸਰ ਰੂਰਲ ਐਂਡ AIG ਕਾਉਂਟਰ ਇੰਟੈਲੀਜੈਂਸ। ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹੋ, ਮੀਡੀਆ ਚ ਆ ਜਾਂਦੀ, ਉਹ ਪੜ੍ਹ ਲੈਂਦੇ, ਗਾਂਧੀ ਬਾਹਰੋਂ ਨਵਾਂ ਤਕਨੀਕ ਅਪਣਾ ਲੈਂਦੇ ਨੇ।
ਸੋ ਇਸ ਕਰਕੇ ਓਪਰੇਸ਼ਨ ਡਿਟੇਲ 'ਚ ਨਾ ਜਾਈਏ, ਇਹਨਾਂ ਨੂੰ ਕਿਵੇਂ ਫੜ ਲਿਆ, ਕਿੱਦਾਂ ਫੜ ਲਿਆ। ਇਹ ਤਰਨ ਤਾਰਨ ਏਰੀਏ ਤੋਂ ਕੀਤੀ ਹੈ ਰਿਕਵਰੀ। ਬੇਸਿਕਲੀ ਟੈਂਪਟੇਸ਼ਨ, ਬਿਕੋਜ਼ ਅਲਟੀਮੇਟਲੀ ਬਹੁਤ ਐਕਸਪੈਂਸਿਵ ਵੈਪਨ ਨੇ ਉਹ, ਲੋਕਾਂ ਨੇ ਜਿਹੜੇ ਜਮ੍ਹਾਂ ਕਰਵਾਏ ਸੀ ਇਲੈਕਸ਼ਨ ਦੇ ਵਿੱਚ, ਅਤੇ ਪੰਜ ਪੰਜ ਸੱਤ ਸੱਤ ਲੱਖ ਰੁਪਏ ਦੇ ਵੀ ਵੈਪਨ ਹੈਗੇ ਆ, ਦੇ ਕੁਡ ਹੈਵ ਡਿਸਪੋਜ਼ਡ ਟੂ ਸਮ ਪਰਸਪੈਕਟਿਵ ਬਾਇਰ। ਇਹੀ ਮੋਟਿਵ ਅਲਟੀਮੇਟਲੀ, ਮੋਟਿਵ ਤਾਂ ਇਕਨੋਮਿਕ ਹੀ ਹੁੰਦਾ। ਉਹ ਇਸ ਤਰ੍ਹਾਂ ਹੈ ਕਿ ਜਿੱਥੇ ਵੀ ਬੰਦਾ ਰਹਿੰਦਾ ਹੋਵੇ ਨੇੜੇ ਤੇੜੇ, ਕੋਸ਼ਿਸ਼ ਕਰਦਾ ਸਮਾਰਟ ਬਣਨ ਦੀ, ਇੱਕ ਅੱਧਾ ਟਾਊਨ ਛੱਡ ਕੇ, ਅਤੇ ਜਾਂ ਜਿੱਥੇ ਉਹਨੂੰ ਲੱਗਦਾ ਹੋਵੇ ਇੱਥੇ ਮੇਰੇ ਚਾਂਸਿਸ ਸਕਸੈਸ ਦੇ ਜ਼ਿਆਦਾ ਨੇ, ਤਾਂ ਕ੍ਰਿਮੀਨਲ ਵਿਲ ਆਲਵੇਜ਼ ਔਨ ਦਾ ਪ੍ਰਾਊਲ ਟੂ ਫਾਈਂਡ ਆਊਟ ਏ ਸੌਫਟ ਆਗਰ। ਇਹਨਾਂ ਨੂੰ ਇਹ ਸੌਖਾ ਲੱਗਾ ਜਿੱਥੇ ਗੱਲ ਸਾਹਿਬ ਜਦੋਂ ਗੰਨ ਉਸਦੀ ਪਰਮਿਸ਼ਨ ਮਿਲਦੀ ਉਦੋਂ ਇਹ ਹੁੰਦਾ ਵੀ ਚਾਰ ਫੀਟ ਕਵਰ ਹੋਣਾ ਚਾਹੀਦਾ ਵਾ। ਜੀ ਜੀ। ਸੋ ਇੱਥੇ ਇੱਕ ਸਾਈਡ ਤੋਂ ਖਾਲੀ ਇਹਨੂੰ ਫਿਰ ਪਰਮਿਸ਼ਨ ਕਿੱਦਾਂ ਮਿਲਣੀ, ਇਹਦੀ ਵੈਰੀਫਿਕੇਸ਼ਨ ਕਿੱਦਾਂ ਕੀ ਹੋ, ਪਾਰਟ ਆਫ ਇਨਵੈਸਟੀਗੇਸ਼ਨ। ਐਸ ਐਸ ਪੀ ਸਾਹਿਬ ਉਹ ਦੇਖਣਗੇ ਕਿ ਇਹਨੂੰ ਕਿੱਦਾਂ ਮਿਲੀ ਆ, ਕਿਉਂ ਮਿਲੀ ਆ, ਸੇਫਟੀ ਮਜ਼ਰ ਇੱਥੇ ਪੂਰੇ ਕਿਉਂ ਨਹੀਂ ਸੀ ਲੈ ਗਏ, ਕੰਧ ਕੱਚੀ ਕਿਉਂ ਸੀ, ਕਿੱਦਾਂ ਹੋ ਗਿਆ, ਕਿੱਦਾਂ ਨਹੀਂ ਹੈਗਾ, ਕਿਸੇ ਸੋਰਟ ਆਫ ਸਟਾਰਟ ਵੈਪਨ ਕਿਉਂ ਗਏ ਨੇ ਕਿ ਮੇਰੇ ਸਟਾਰਟ ਵੈਪਨ ਚੋਰੀ ਹੋਏ। ਨਹੀਂ ਉਹ ਇਸ ਤਰ੍ਹਾਂ ਹੈ ਕਿ ਜਦੋਂ ਰਿਕਾਰਡ ਚੈੱਕ ਕਰਦੇ ਨਾ, ਕਈ ਵਾਰ ਇਹ ਹੁੰਦਾ ਕਿ ਪੂਰਾ ਰਿਕਾਰਡ ਉੱਥੇ ਨਹੀਂ ਮੈਨਸ਼ਨ ਕੀਤਾ, ਜਾਂ ਦੂਸਰੇ 'ਚ ਰਜਿਸਟਰ 'ਚ ਮੈਨਸ਼ਨ ਕੀਤਾ, ਜਾਂ ਉਹ ਬੰਦਾ ਅਵੇਅਰ ਹੀ ਨਹੀਂ ਸੀਗਾ ਕਿ ਜਦੋਂ ਆਪਾਂ ਕ੍ਰੈਡਿਟ ਅਤੇ ਡੈਬਿਟ ਨੂੰ ਬੈਲੈਂਸ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਨਾ ਅਲਟੀਮੇਟਲੀ ਕੀ ਹੈਗਾ ਇਹਦੇ ਅਕਾਊਂਟ ਦੇ ਵਿੱਚ। ਇੱਕੋ ਜਗ੍ਹਾ ਤੋਂ ਫੜੇ ਗਏ ਨੇ। ਤੁਹਾਨੂੰ ਸਾਰਾ ਮੈਂ ਦੱਸ ਦਿੱਤਾ ਕਿ ਚਾਰਾਂ ਦਾ, ਚਾਰਾਂ ਦਾ ਗੈਂਗਸਟਰ ਦਾ ਇਹਨਾਂ ਦਾ ਕੋਈ ਇਹੋ ਜਿਹਾ ਲਿੰਕ ਨਹੀਂ, ਜੇ ਗੈਂਗਸਟਰ ਨਾਲ ਲਿੰਕ ਹੁੰਦਾ ਹੁਣ ਤੱਕ ਡਿਸਪੋਜ਼ ਆਫ ਹੋ ਜਾਣੇ ਸੀਗੇ। ਮੁੱਦਾ ਤਾਂ ਨੈਚੁਰਲ ਲੈ ਕੇ ਇਹਨਾਂ ਨੇ ਇਹ ਚੱਕਿਆ, ਸੋ ਦੈਟ ਦੇ ਕੈਨ ਡਿਸਪੋਜ਼ ਇਟ ਆਫ ਐਟ ਏ ਸਰ ਜਿਨ੍ਹਾਂ ਦੇ ਵੈਪਨ ਹੁਣ ਤੁਸੀਂ ਰਿਕਵਰ ਕਰ ਲਏ ਨੇ ਜੀ, ਇਹਨਾਂ ਜਦੋਂ ਲੈਣਾ ਹੋ ਗਿਆ ਕੀ ਪ੍ਰੋਸੈਸ ਅਡੋਪਟ ਕਰਨਾ ਪੈਂਦਾ? ਉਹ ਤਾਂ ਨੈਚੁਰਲ ਹੈ ਕਿ ਇਹ ਹੁਣ ਕੇਸ ਪ੍ਰੋਪਰਟੀ ਹੈਗੀ ਹੈ, ਵੀ ਕੈਨ ਟੇਕ ਦਾ ਅਪਰੂਵਲ ਆਫ ਦਾ ਜੁਡੀਸ਼ਰੀ ਔਨ ਦਿਸ, ਕਿ ਸੁਪਰਦਾਰੀ ਤਾਂ ਦੇ ਦਿੰਦੇ ਨੇ, ਜਿੱਦਾਂ ਗੱਡੀ ਦਾ ਕਿਤੇ ਐਕਸੀਡੈਂਟ ਹੋ ਜਾਏ ਤਾਂ ਕੋਰਟ ਵਾਲੇ ਉਹਨੂੰ ਸੁਪਰਦਾਰੀ। ਸਰ ਇਹ ਜਿਹੜਾ ਵਿਕਰਮ ਸੀਗਾ ਇਹ ਕਦੀ ਜੰਡਿਆਲੇ ਇਸ ਜਗ੍ਹਾ 'ਤੇ ਆਇਆ ਸੀ, ਇਹਨਾਂ ਦੀ ਗਾਨਾ ਉੱਥੇ ਕਦੀ? ਦੇਖੋ ਕਦੀ ਰੈਕੀ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ, ਇਹਨਾਂ ਨੇ ਪਹਿਲਾਂ ਹਫ਼ਤਾ 10 ਦਿਨ ਪਹਿਲਾਂ ਪੂਰੀ ਰੈਕੀ ਕੀਤੀ, ਜ਼ੀਰੋ ਡਾਊਨ ਕੀਤਾ ਇਸ ਜਗ੍ਹਾ ਦੇ ਉੱਤੇ, ਫਿਰ ਆ ਕੇ ਇਹਨਾਂ ਨੇ ਅਸੀਂ ਕਾਰਵਾਈ ਨੂੰ ਬੰਦਾ ਤਾਂ ਫੜ ਲਿਆ, ਬਾਕੀ ਤਿੰਨ ਬੰਦੇ ਉਹ ਵੀ ਫੜਾਂਗੇ। ਨਹੀਂ ਟਾਈਮ ਲਿਮਿਟ ਦਾ ਹੁੰਦਾ ਨਹੀਂ, ਤੁਸੀਂ ਕੱਲ੍ਹ ਵੀ ਪੁੱਛ ਰਹੇ ਸੀ ਕਿੰਨੇ ਘੰਟੇ 'ਚ ਫੜ ਲਓਗੇ। ਫੋਰਚੂਨੇਟਲੀ ਟੀਮ ਵਰਕ ਵੈਰੀ ਹਾਰਡ, ਸਾਡੇ ਅਫਸਰ ਤਾਂ ਸੋਤੇ ਨਹੀਂ ਹੈਗੇ। ਨਹੀਂ ਚਲੋ ਫੋਰਚੂਨੇਟਲੀ ਫੜ ਲਿਆ ਨਾ, ਮੁੰਡੇ ਕੰਮ 'ਤੇ ਲੱਗੇ ਰਹੇ, ਪਹਿਲਾਂ ਕੋਈ ਪਰਚਾ ਨਹੀਂ ਹੈਗਾ। ਹੁਣ ਜਿਹੜੇ ਆਫਿਸਰ ਨੇ ਰਿਕਮੈਂਡ ਕਰਨਗੇ ਕਿਹਦਾ ਕਿੰਨਾ ਰੋਲ ਸੀਗਾ, ਔਰ ਇਹਨਾਂ ਨੇ ਕਿੰਨੀ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ, ਉਹਦੇ ਹਿਸਾਬ ਨਾਲ ਲਾਈਕ ਟੂ ਰਿਵਾਰਡ ਦੈਮ ਐਂਡ ਸੈਂਡ ਦ ਰਿਕਮੈਂਡੇਸ਼ਨ ਟੂ ਦ ਡੀਜੀ ਆਫਿਸ ਔਨ।